ਗਣਤੰਤਰ ਦਿਹਾੜੇ ਮੌਕੇ ਕੈਪਟਨ ਸਰਕਾਰ ਤੇ ਮੰਤਰੀਆਂ ਨੇ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ 'ਚ ਸ਼ਿਰਕਤ ਕੀਤੀ ਔਰ ਸੂਬਾ ਵਾਸੀਆਂ ਨੂੰ 71ਵੇਂ ਗਣਤੰਤਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਅੱਜ ਯਾਨੀ 26 ਜਨਵਰੀ 2020 ਹਿੰਦੁਸਤਾਨ ਨੇ ਆਪਣਾ 71ਵਾਂ ਗਣਰਾਜ ਦਿਹਾੜਾ ਮਨਾਇਆ ਤੇ ਹਰ ਸਾਲ ਵਾਂਗ ਇਸ ਵਾਰ ਵੀ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਗਣਰਾਜ ਦੇ ਇਸ ਜਸ਼ਨ ਦੇ ਵਿੱਚ ਲੋਕ ਡੁੱਬੇ ਨਜ਼ਰ ਆਏ। ਪੰਜਾਬ ਦੀ ਗੱਲ ਕੀਤੀ ਜਾਏ ਤਾਂ ਰਾਜਪਾਲ, ਮੁੱਖ ਮੰਤਰੀ ਤੇ ਹੋਰਨਾਂ ਸਮੇਤ ਮੰਤਰੀਆਂ ਨੇ ਵੀ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਸੇ ਤਰ੍ਹਾਂ ਤਿਰੰਗਾ ਫਹਿਰਾਇਆ, ਸੰਵਿਧਾਨ ਦਾ ਜ਼ਿਕਰ ਕੀਤਾ। ਹੁਸ਼ਿਆਰਪੁਰ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਰੂਪਨਗਰ ਦੇ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਫਿਰੋਜ਼ਪੁਰ ਦੇ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੋਗਾ ਦੇ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਮੇਤ ਹੋਰਨਾਂ ਮੰਤਰੀਆਂ ਨੇ ਵੀ ਇਸੇ ਤਰ੍ਹਾਂ ਤਿਰੰਗਾ ਫਹਿਰਾਇਆ, ਪਰੇਡ ਦੀ ਸਲਾਮੀ ਲਿੱਤੀ ਤੇ ਸਕੂਲੀ ਬੱਚਿਆਂ ਦੇ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਬਹੁਤ ਵਧਾਈ ਦੇਣਾ, ਖਾਸ ਤੌਰ ਤੇ ਉਹ ਮਾਵਾਂ ਦੇ ਪੁੱਤਰ ਜਿਹੜੇ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਨੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਬਹੁਤ ਕਠਿਨਾਈਆਂ ਦੇ ਨਾਲ ਆਇਆ ਇਸ ਦਿਹਾੜੇ ਨੂੰ ਲਿਆਉਣ ਵਾਸਤੇ ਸਾਡੇ ਨੌਜਵਾਨ ਵੀਰਾਂ ਨੇ ਸ਼ਹਾਦਤਾਂ ਦਿੱਤੀਆਂ। ਜਿੰਨੇ ਕੁ ਮੈਂ ਨਾਂ ਲਵਾਂਗਾ ਉਸ ਤੋਂ ਵੱਧ ਸਾਡੇ ਕੋਲ ਅਨਸੰਗ ਹੀਰੋ ਹੋਏ ਨੇ ਜਿਨ੍ਹਾਂ ਨੇ ਅੱਜ ਦਾ ਦਿਹਾੜਾ ਦੇਖਣ ਵਾਸਤੇ ਸਾਨੂੰ ਅੱਜ ਇਕੱਤਰ ਹੋਏ ਹਾਂ। ਮੈਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਮੁਬਾਰਕਬਾਦ ਦੇਣਾ। ਅੱਜ ਗਣਤੰਤਰ ਦਾ 70ਵਾਂ ਵਰ੍ਹਾ ਹੈ, ਸੋ ਅੱਜ ਦੇ ਮੌਕੇ 'ਤੇ ਅਸੀਂ ਜਿੱਥੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਉੱਥੇ ਸਾਰੇ ਦੇਸ਼ ਵਾਸੀਆਂ ਨੂੰ, ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ। ਇਹਦੇ ਤਰੱਕੀ ਲਈ ਅਹਿਮ ਫੈਸਲੇ ਕੀਤੇ ਹਨ। ਪੰਜਾਬ ਸਰਕਾਰ ਸੂਬੇ ਵਿੱਚ ਪਛੜੇ ਵਰਗਾਂ ਦੇ ਵਿਕਾਸ ਲਈ ਵਚਨਬੱਧ ਹੈ। ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਇੱਥੇ ਵੀ ਅਟਾਰੀ ਬਾਰਡਰ ਤੇ BSF ਦੇ ਕਮਾਂਡੈਂਟ BK ਝਾਅ ਨੇ ਤਿਰੰਗਾ ਫਹਿਰਾਇਆ ਤੇ ਸੁਰੱਖਿਆ ਬਲਾਂ ਨੂੰ, ਜਵਾਨਾਂ ਨੂੰ ਵਧਾਈ ਦਿੱਤੀ, ਉਹਨਾਂ ਦਾ ਮੂੰਹ ਮਿੱਠਾ ਕਰਾਇਆ। ਬਿਊਰੋ ਰਿਪੋਰਟ, ਜ਼ੀ ਮੀਡੀਆ।